ਸਾਤ ਸੰਗਤ ਇਹ ਬੇਨਤੀਆਂ ਆਪਾਂ ਸਾਂਝੀਆਂ ਕਰ ਰਹੇ ਆ ਮੋਰ ਦੇ ਬਾਰੇ ਇਹਨਾਂ ਗੱਲਾਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ ਤੇ ਸਾਤ ਸੰਗਤ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਹੈ ਪਾਤਸ਼ਾਹ ਦੇ ਨਾਲ ਜੁੜਨਾ ਹੈ ਵਹਿਮ ਭਰਮ ਕਰਮ ਕਾਂਡ ਪਖੰਡ ਦੀ ਜਿਹੜੀ ਹੈ ਇੱਥੇ ਕੋਈ ਵੀ ਤਾਗੀਦ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਚੀਜ਼ ਨੂੰ ਆਪਰਚੂਨਿਟੀ ਕੀਤਾ ਜਾਂਦਾ ਹੈ ਪਿਆਰਿਓ ਇੱਥੇ ਆਪਾਂ ਇਹ ਗੱਲ ਜਿਹੜੀ ਹੈ ਜ਼ਰੂਰ ਸਮਝਣੀ ਹੈ ਜ਼ਰੂਰ ਸਿੱਖਣੀ ਹੈ ਕਿ ਕੁਝ ਚੀਜ਼ਾਂ ਪਵਿੱਤਰ ਹੁੰਦੀਆਂ ਨੇ ਉਹਨਾਂ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾਂਦਾ ਹੈ ਜਿਹੜੀ ਚੀਜ਼ ਗੁਰੂ ਦੇ ਕੋਲ ਆ ਗਈ ਤੇ ਆਪਾਂ ਉਹਨੂੰ ਸਾਈਬੀ ਦਾਮ ਦੇ ਦਿੰਨੇ ਆ ਜਿਵੇਂ ਆਪਾਂ ਕਹਿੰਦੇ ਆ ਚੋਰ ਫਿਰ ਜਦੋਂ ਗੁਰੂ ਕੋਲੇ ਆ ਕੇ ਕਹਿੰਦੇ ਆ ਚੋਰ ਸਾਹਿਬ ਰਮਾਲਾ ਗੁਰੂ ਕੋਲੇ ਆ ਕੇ ਗੁਰੂ ਨੇ ਹਜ਼ੂਰੀ ਵਿੱਚ ਆਪਾਂ ਲੈ ਆਏ ਫਿਰ ਆਪਾਂ ਕਹਿੰਦੇ ਆ ਰਮਾਲਾ ਸਾਹਿਬ ਹਰ ਇੱਕ ਚੀਜ਼ ਚੰਦਵਾ ਸਹਿਬ ਹੋਰ ਗੁਰੂ ਕੋਲ ਰਹਿਣ ਵਾਲੀਆਂ ਚੀਜ਼ਾਂ ਨੇ ਸਾਈ ਭੀ ਕਬੂਲੀ ਪਿਆਰਿਓ ਪਰ ਆਪਾਂ ਸਾਈ ਭੀ ਕਿਦਣ ਕਬੂਲਾਂਗੇ ਸਮਝਿਓ ਇੱਕ ਦਫਾ ਸਾਰ ਸੰਗਤ ਆਪਾਂ ਇੱਕ ਬੇਨਤੀ ਇਥੇ ਜ਼ਰੂਰ ਕਰਾਂਗੇ ਕਿ ਮੋਰ ਦੇ ਬਾਰੇ ਬਹੁਤ ਕੁਝ ਚੀਜ਼ਾਂ ਜ਼ਰੂਰ ਸਿੱਖਣ ਦੀ ਲੋੜ ਹੈ ਸੋ ਸਾਧ ਸੰਗਤ ਇਥੇ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਵੀ ਮੋਰ ਦੇ ਖੰਭਾਂ ਨੂੰ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਮੋਰ ਵਾਂਗ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਤਾਂ ਹੋਰ ਕੋਈ ਪੂਜਾ ਜੇ ਆਪਾਂ ਕਹੀਏ ਵੀ ਕੁਝ ਨਹੀਂ ਹੈ ਮੋਰ ਦੇ ਖੰਭ ਨੇ ਕਈ ਕਹਿੰਦੇ ਜੀ ਮੋਰ ਦੇ ਖੰਭ ਚੰਗੇ ਠੀਕ ਹੈ ਸਜਾਵਟ ਵਾਸਤੇ ਘਰ ਵਿੱਚ ਰੱਖੇ ਚੰਗੀ ਗੱਲ ਹੈ ਪਰ ਇਹ ਸਮਝ ਕੇ ਰੱਖ ਲੈਣੇ ਵੀ ਇਹੋ ਹੀ ਰੱਬ ਹੈ ਜੀ ਇਹਦੀ ਪੂਜਾ ਕਰੋ ਜੀ ਮੋਰ ਦੇ ਖੰਭ ਧਰ ਲੈ ਪਤਾ ਨਹੀਂ ਕੀ ਹੋ ਜਾਏਗਾ ਹੁਣ ਕੀ ਮਿਲ ਜਾਏਗਾ ਇਹ ਸਾਰਾ ਸਰ ਜਿਹੜਾ ਪਖੰਡ ਹੈ ਪਿਆਰਿਓ ਇਸ ਚੀਜ਼ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਉਹ ਬਿਲਕੁਲ ਕੋਈ ਸੱਚਾਈ ਨਹੀਂ ਹੈ ਮੋਰ ਦੇ ਖੰਭ ਜੇ ਆਪਾਂ ਕਹਿੰਦੇ ਮੋਰ ਦੇ ਖੰਭ ਪਵਿੱਤਰ ਨੇ ਕਈ ਮੰਨਦੇ ਨੇ ਵੀ ਮੋਰ ਦੇ ਖੰਭ ਪਵਿੱਤਰ ਨੇ ਅਸੀਂ ਘਰ ਵਿੱਚ ਰੱਖ ਲੇ ਸਾਡਾ ਘਰ ਪਵਿੱਤਰ ਹੋ ਗਿਆ ਪਿਆਰਿਓ ਇਹ ਗੱਲ ਜ਼ਰੂਰ ਸਮਝ ਲਿਓ ਕਿ ਮੋਰ ਦੇ ਖੰਭ ਪਵਿੱਤਰ ਜ਼ਰੂਰ ਹੋਣਗੇ ਪਰ ਜੇ ਤੁਸੀਂ ਪਵਿੱਤਰ ਹੋ ਗਏ ਮੋਰ ਦੇ ਖੰਭ ਰੱਖਣ ਦੇ ਨਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਪਿਆਰਿਓ ਤੁਸੀਂ ਪਵਿੱਤਰ ਹੋ ਗਏ ਇਸ ਗੱਲ ਦਾ ਕੀ ਕੀ ਪ੍ਰੂਫ ਆ ਯਾਦ ਰੱਖਿਓ ਮੋਰ ਦੇ ਖੰਭ ਪਵਿੱਤਰ ਹੋਣਗੇ ਕੋਈ ਗੱਲ ਨਹੀਂ ਪਰ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰਨਾ ਇਸ ਗੱਲ ਵੱਲ ਖਾਸ ਕਰਕੇ ਧਿਆਨ ਰੱਖਣਾ ਹੈ ਇਸ ਗੱਲ ਨੂੰ ਖਾਸ ਕਰਕੇ ਜਿਹੜਾ ਹੈ ਉਹ ਸਮਝਣਾ ਹੈ ਪਿਆਰਿਓ ਆਪਣੇ ਜੀਵਨ ਨੂੰ ਸੋਹਣਾ ਬਣਾਓ ਪਵਿੱਤਰ ਬਣਾਓ ਜਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਦੀ ਬਹੁਤ ਜ਼ਿਆਦਾ ਲੋੜ ਹੈ ਪਿਆਰਿਓ ਬਹੁਤ ਜ਼ਿਆਦਾ ਲੋੜ ਹੈ ਜਿਸ ਚੀਜ਼ ਦੀ ਉਹ ਚੀਜ਼ ਬਣਾਓ ਆ ਫਾਲਤੂ ਗੱਲਾਂ 'ਚ ਕੁਝ ਵੀ ਨਹੀਂ ਹੈ ਇਹਨਾਂ ਚੀਜ਼ਾਂ 'ਚ ਕੋਈ ਰਤੀ ਪਰ ਵੀ ਜਿਹੜੀ ਐ ਉਹ ਸੱਚਾਈ ਨਹੀਂ ਐ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੀਏ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਦੂਰ ਹੋਈਏ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜਿਆ ਕਰੀਏ ਤੇ ਆਪਾਂ ਘਰ ਦੇ ਵਿੱਚ ਗੁਰਬਾਣੀ ਦਾ ਨਿਤਨੇਮ ਕਰੀਏ ਪਾਠ ਕਰੀਏ ਜਿਸ ਦੀ ਬਹੁਤ ਲੋੜ ਐ ਅੱਜ ਕੱਲ ਦੇ ਸਮੇਂ ਵਿੱਚ ਖਾਸ ਕਰਕੇ ਲੋੜ ਐ ਸਾਧ ਸੰਗਤ ਬਹੁਤ ਜ਼ਿਆਦਾ ਲੋੜ ਐ ਮੈਨੂੰ ਇਹਤੇ ਗੱਲ ਕਹਿਣੀ ਪੈ ਰਹੀ ਹੈ ਕਈ ਸਾਡੇ ਵੀਰ ਭੈਣ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਉਹ ਕਹਿੰਦੇ ਨਹੀਂ ਜੀ ਅਸੀਂ ਸਹੀ ਆ ਜੀ ਆਏ ਆ ਜੀ ਬਸ ਇਹੀ ਚੱਲਦਾ ਜੀ ਐ ਹੁੰਦਾ ਜੀ ਉਹ ਬਸ ਇਹਨਾਂ ਗੱਲਾਂ 'ਚ ਜਿਆਦਾ ਯਕੀਨ ਕਰਦੇ ਨੇ ਐਂ ਹੁੰਦਾ ਜੀ ਐਂ ਚੱਲਦਾ ਜੀ ਜਦ ਕਿ ਕੁਝ ਚੀਜ਼ਾਂ ਦੀ ਵਰਤੋਂ ਕਰ ਲੈਣੀ ਸਹੀ ਤਰੀਕੇ ਨਾਲ ਸਹੀ ਮਾਇਨੇ ਆ ਚੱਲ ਪੈਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਬਾਅਦ ਵਿੱਚ ਉਹੀ ਚੀਜ਼ਾਂ ਤਕਲੀਫ਼ ਬਣ ਜਾਂਦੀਆਂ ਨੇ ਕਈ ਵਾਰੀ ਮੋਰ ਦੇ ਖੰਭਾਂ ਤੇ ਆਸਥਾ ਰੱਖ ਲਈ ਜਿਨਾ ਪੂਰੀ ਹੋਈ ਫਿਰ ਮੋਰ ਦੇ ਖੰਭ ਚਲਾ ਕੇ ਬਾਹਰ ਵੀ ਮਾਰਦੇ ਨੇ ਇਸੇ ਕਰਕੇ ਕਹਿੰਦੇ ਵੀ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਹੈ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਹੈ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ ਗਾਲੀ ਸਾਰੀ ਇੱਥੇ ਸ਼ਬਦ ਦੀ ਕਰ ਦਿੱਤੀ ਸਾਰੀ ਚੀਜ਼ ਇਹ ਖਤਮ ਕਰ ਦਿੱਤੀ ਬਾਕੀ ਤੇ ਦੂਜੀ ਤੀਜੀ ਚੀਜ਼ ਹੀ ਇੱਥੇ ਖਤਮ ਕਰ ਦਿੱਤੀ ਪਿਆਰਿਓ ਇਹੋ ਇੱਕੋ ਹੀ ਗੱਲ ਕਹਿ ਦਿੱਤੀ ਕਿ ਸ਼ਬਦ ਹੀ ਸਾਰਾ ਕੁਝ ਹੈ ਸ਼ਬਦ ਹੀ ਜ਼ਰੂਰੀ ਹੈ ਸ਼ਬਦ ਹੀ ਬਹੁਤ ਜ਼ਰੂਰੀ ਹੈ ਤੇ ਸਾਦ ਸੰਗਤ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਇਹ ਗੱਲ ਵੀ ਕਰ ਦਿੱਤੀ ਪਾਤਸ਼ਾਹ ਕਹਿੰਦੇ ਨਾਨਕ ਦਾ ਨਾਮ ਜਹਾਜ਼ ਹੈ ਜੇ ਇੱਕ ਵਾਰੀ ਉਹ ਚੜਦਾ ਹੈ ਨਾ ਤੇ ਪਾਰ ਹੋ ਜਾਂਦਾ ਹੈ ਪਿਆਰਿਓ ਪਾਰ ਹੁੰਦਾ ਹੈ ਇਸ ਗੱਲ ਨੂੰ ਸਮਝਣਾ ਹੈ ਇਸ ਕਰਕੇ ਆਪਾਂ ਇਹਨਾਂ ਇਫੈਕਟਸ ਨੂੰ ਸਮਝੀਏ ਅਸੀਂ ਬਾਕੀ ਚੀਜ਼ਾਂ ਤੋਂ ਦੂਰ ਰਹੀਏ ਸਤਿਗੁਰੂ ਨੇ ਬਾਕੀ ਚੀਜ਼ਾਂ ਤੋਂ ਸਾਨੂੰ ਇਸੇ ਕਰਕੇ ਦੂਰ ਕੀਤਾ ਹੈ ਸਤਿਗੁਰੂ ਨੇ ਐਸੇ ਕਰਕੇ ਦੂਰ ਕੀਤਾ ਹੈ ਪਾਤਸ਼ਾਹ ਨੇ ਐਸੇ ਕਰਕੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਧ ਸੰਗਤ ਸਾਰੀ ਚੀਜ਼ ਆਪੇ ਸਾਫ਼ ਹੋ ਗਈ ਨਾ ਇੱਥੇ ਬਾਕੀ ਤੇ ਕੁਝ ਰਹੀ ਨਹੀਂ ਗਿਆ ਜੀ ਬਾਕੀ ਤੇ ਕੁਝ ਚੀਜ਼ਾਂ ਰਹੀਆਂ ਨਹੀਂ ਨਾ ਉਹ ਤਾਂ ਸਾਫ਼ ਹੋ ਗਈਆਂ ਨਾ ਜੀ ਇਸ ਕਰਕੇ ਸਾਧ ਸੰਗਤ ਕੁਝ ਧਿਆਨ ਦੇਵੋ ਜ਼ਰੂਰ ਇਹਨਾਂ ਵਿਸ਼ਿਆਂ ਵੱਲ ਧਿਆਨ ਦਿਈਏ ਇਹਨਾਂ ਚੀਜ਼ਾਂ ਵੱਲ ਧਿਆਨ ਦਿਈਏ ਜ਼ਰੂਰੀ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਧ ਸੰਗਤ ਅਸੀਂ ਪਵਿੱਤਰ ਹੋਣਾ ਹੈ ਪਵਿੱਤਰ ਹੋਵਾਂਗੇ ਗੁਰੂ ਦੇ ਸ਼ਬਦ ਦੇ ਨਾਲ ਪਵਿੱਤਰ ਹੋਵਾਂਗੇ ਸਤਿਗੁਰੂ ਦੇ ਸ਼ਬਦ ਦੇ ਨਾਲ ਸੋ ਪਿਆਰਿਓ ਸ਼ਬਦ ਤੇ ਭਰੋਸਾ ਰੱਖਿਏ ਸ਼ਬਦ ਤੇ ਆਸਥਾ ਰੱਖਿਏ ਬਹੁਤ ਲੋੜ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਥੋਂ ਤੱਕ ਕਹਿੰਦੇ ਨੇ ਪਾਦਸ਼ਾਹ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਉਹ ਧੋਪੈ ਨਾ ਵੈ ਕੈ ਰੰਗ ਪਾਦਸ਼ਾਹ ਕਹਿੰਦੇ ਨੇ ਜੇਕਰ ਮਾਨੀ ਮੈੜਾ ਹੋ ਜਾਏ ਤੇ ਉਹਨੂੰ ਕਿਵੇਂ ਧੋਤਾ ਜਾਏਗਾ ਉਹ ਧੋਪੈ ਨਾ ਵੈ ਕੈ ਰੰਗ ਉਹ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ ਨਾਮ ਦੀ ਚੀਜ਼ ਦੇ ਨਾਲ ਤੋਤਾ ਜਾਏਗਾ ਵਸਤੂ ਦੇ ਨਾਲ ਤੋਤਾ ਜਾਏਗਾ ਸਾਥ ਸੰਗਤ ਹੁਣ ਫੈਸਲਾ ਅਸੀਂ ਖੁਦ ਕਰੀਏ ਇਸ ਚੀਜ਼ ਨੂੰ ਮੰਨੀਏ ਇੱਕ ਦਫਾ ਇੱਕ ਵਾਰ ਮੰਨ ਕੇ ਚੱਲੀਏ ਪਿਆਰਿਓ ਕਿ ਸ਼ਬਦ ਦੇ ਨਾਲ ਪਵਿੱਤਰ ਹੋਵਾਂਗੇ ਜੇ ਹੋਵਾਂਗੇ ਜੇ ਕਰਨਾ ਹੈ ਨਾ ਮੰਨ ਤੇ ਇੱਕ ਦਫਾ ਕਰਕੇ ਵੇਖਿਓ ਕਰਿਓ ਇੱਕ ਵਾਰ ਤੁਹਾਨੂੰ ਖੁਦ ਪਤਾ ਲੱਗੇਗਾ ਇਸ ਕਰਕੇ ਸੋਚਿਏ ਵਿਚਾਰੀਏ ਆਪਣੀ ਮਤ ਨੂੰ ਨਿਰਮਲ ਕਰੀਏ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਸ ਮਤ ਨੂੰ ਨਿਰਮਲ ਕਰਕੇ ਚੱਲੀਏ ਬਾਕੀ ਤੇ ਸਾਰਾ ਕੁਝ ਹੁੰਦਾ ਹੀ ਰਹੇਗਾ ਪਿਆਰਿਓ ਹੁਣੇ ਹੁੰਦਾ ਹੀ ਰਹਿਣਾ ਸਭ ਕੁਝ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ